ਤਾਂ ਮੇਰੇ ਨਾਲ ਹੱਥ ਪਾਈ ਨੂੰ ਰਿਵਾਲਵਰ ਤੋਂ ਉਹਨਾਂ ਦੇ ਕੋਲ ਸੀ। ਉਹਨਾਂ ਦੇ ਗੋਡੇ ਤੇ ਕੜਾ ਜਿਹਾ ਪਾਇਆ ਸੀਗਾ, ਘੁੰਮਾਰਿਆ ਪੈਰ ਦੇ ਵਿੱਚ ਚੱਕਰ ਮਲਵਾ ਸੀਗਾ, ਦੋਨਾਂ ਮੁੰਡਿਆਂ ਦੇ ਕੋਲ ਚੱਕਰ ਮਲਵਾ ਸੀਗਾ। ਬਾਰ ਦੀ ਗੱਡੀ ਦੇ ਵਿੱਚ ਤੇਲ ਪਾਉਂਦੇ ਪਏ ਸੀਗੇ, ਆਉਂਦਿਆਂ ਨੇ ਮੈਂ ਆ ਕੇ ਮੋਟਰਸਾਈਕਲ ਖੜਾ ਕੀਤਾ, ਉਹ ਨਸ਼ੇ ਦੇ ਬਾਈ ਟਾਇਟ ਸੀਗੇ, ਉਹਨਾਂ 'ਚ ਤੇ ਪੰਪ ਵਾਲਾ ਕੋਈ, ਉਹ ਆ ਕੇ ਮੈਨੂੰ ਕਹਿੰਦੇ ਕੈਸ਼ ਕਿੱਥੇ ਆ, ਮੈਂ ਕਿਹਾ ਵੀ ਕੈਸ਼ ਮੇਰੇ ਕੋਲ ਦੋਨੋਂ ਆ, ਇਹ ਪੰਪ ਵਾਲੇ ਬੰਦੇ ਭੱਜ ਗਏ, ਤਾਂ ਮੇਰੇ ਨਾਲ ਹੱਥੋਂ ਪਾਈ ਹੋਈ ਉਹ ਰਿਵਾਲਵਰ, ਦੋ ਉਹਨਾਂ ਦੇ ਕੋਲ ਸੀਗੇ, ਦੋ ਬੰਦੇ ਸੀਗੇ। ਮੇਰਾ ਪਰਸ ਲੈ ਗਏ ਮੋਟਰਸਾਈਕਲ ਦੀ, ਆਰ ਸੀ ਸੀ ਵਿੱਚ ਆਧਾਰ ਕਾਰਡ ਸੀ, ਪੈਨ ਕਾਰਡ ਸੀ, 5000 ਰੁਪਈਆ ਸੀ। ਉਹਨਾਂ ਦੇ ਗੋਡੇ ਉੱਤੇ ਕੜਾ ਜਿਹਾ ਪਾਇਆ ਸੀਗਾ, ਉਹ ਮਾਰਿਆ ਸਾਈਡ ਦੇ ਵਿੱਚ ਇੱਕ ਰਿਵਾਲਵਰ ਸੀਗਾ, ਦੋਨਾਂ ਮੁੰਡਿਆਂ ਦੇ ਕੋਲ ਇੱਕ ਇੱਕ ਰਿਵਾਲਵਰ। ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਤੋਂ ਕਿ ਇੱਕ ਜਿਹੜੀ ਬਰੀਜ਼ਾ ਲਾਲ ਕਲਰ ਦੀ ਜਿਹੜੀ ਗੱਡੀ ਹੈ, ਉਹ ਜਿਸਦਾ ਨੰਬਰ PV37D 9976 ਹੈ, ਉਹ ਪੈਟਰੋਲ ਪੰਪ ਲੁੱਟ ਕਰਕੇ ਫਗਵਾੜੇ ਵੱਲ ਨੂੰ ਆ ਰਹੀ ਹੈ। ਤਾਂ ਉਸਦੇ ਸੰਬੰਧ ਵਿੱਚ ਮੈਂ ਉਹਨਾਂ ਨੂੰ ਕੈਚ ਕਰਨ ਲਈ ਹਰੀਆਬਾਦ ਚੌਂਕ ਦੇ ਵਿੱਚ ਨਾਕਾ ਡਿਪਲੋਏ ਕੀਤਾ। ਜਦੋਂ ਉਹ ਗੱਡੀ ਆਈ ਹੈ ਤਾਂ ਅਸੀਂ ਤਕਰੀਬਨ 10-15 ਮੀਟਰ ਤੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਦਿੱਤਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਨੂੰ ਰੋਕ ਰਹੇ, ਤਾਂ ਉਹਨਾਂ ਨੇ ਉਸੇ ਟਾਈਮ ਗੱਡੀ ਜਿਹੜੀ ਆ ਉਹ ਵਾਪਸ ਮੋੜ ਕੇ ਵਾਪਸ ਚਲੇ ਗਏ। ਇਸ ਉਹਨਾਂ ਦੇ ਬਿਆਨਾਂ 'ਤੇ ਅਸੀਂ ਅਗਲੀ ਜਿਹੜੀ ਆ ਉਹ ਪਰਚਾ ਦਰਜ ਕਰਕੇ ਅਗਲੀ ਕਾਰਵਾਈ CCTV ਕੈਮਰਾ ਚੈੱਕ ਕਰਕੇ, ਜਦੋਂ ਵੀ ਗੱਡੀ ਦਾ ਨੰਬਰ ਸਾਡੇ ਕੋਲ ਹੈਗਾ ਆ, ਸਾਰੇ GPS ਜਿਹੜਾ ਅਲਰਟ ਕਰਵਾ ਦਿੱਤਾ ਹੈ, ਜਿਹੜੀ ਗੱਡੀ ਕਾਬੂ ਹੋਊਗੀ ਉੱਥੇ ਕੈਸ਼।